वार्ड नंबर 50 से कांग्रेस प्रत्याशी चरणजीत सिंह ने वार्ड वासियों से वोट की अपील की वार्ड नंबर 50 से कांग्रेस पार्टी से चुनाव लड़ रहे चरणजीत सिंह उर्फ हैप्पी को लोगों का भरपूर समर्थन मिल रहा है आज वार्ड नंबर 50 में डोर टू डोर जाकर लोगों से मिलकर उनकी समस्याओं को सुना उन्होंने कहा कि जो काम रह गए हैं उनको भी पहल के आधार पर करवाया जाएगा ਆਪਕੋ ਬਤਾ ਦੇ ਕਿ ਪ੍ਰਤੀਯਾਸ਼ਕ ਡੋਰ ਟੂ ਡੋਰ ਜਾ ਕੇ ਲੋਕੋ ਸੇ ਸੰਪਰਕ ਕਰ ਉਨਕੀ ਸਮਸਿਆਵੋ ਕੋ ਜਾਣ ਰਹੇ ਹੈ। ਵਹੀਂ ਪ੍ਰਤੀਯਾਸ਼ਕ ਕੋ ਲੋਕ ਸਮਰਥਨ ਦੇ ਕਰ ਪ੍ਰਤੀਯਾਸ਼ਕ ਕਾ ਭਰਪੂਰ ਸਹਿਯੋਗ ਕਰ ਰਹੇ ਹੈ। ਨੇ ਸਭ ਤੋਂ ਪਹਿਲੇ ਤੇ ਮੈਂ ਆਪਣੇ ਐਮਐਲਏ ਸਾਹਿਬ ਅਮਿਤ ਵੀਰ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਾਖੜ ਸਾਹਿਬ ਦਾ ਜਿਨਾਂ ਨੇ ਮਤਲਬ ਮੈਨੂੰ ਇਸ ਕਾਵਲ ਸਮਝਿਆ ਕਿ ਵਾਰਡ ਨੰਬਰ ਵਾਰਡ ਦੇ ਵਿੱਚ ਜੀ ਸਾਡਾ ਕੈਂਡੀਡੇਟ ਕੋਈ ਵਿਨਿੰਗ ਕੈਂਡੀਡੇਟ ਹੈਗਾ। ਤੇ ਉਹ ਮੇਰਾ ਨਾਮ ਉਹਨਾਂ ਨੇ ਰਿਕਮੈਂਡ ਕਰਕੇ ਭੇਜਿਆ ਹਾਈ ਕਮਾਂਡ ਨੂੰ ਤੇ ਪਾਰਟੀ ਨੇ ਮੇਰੇ ਉੱਤੇ ਵਿਸ਼ਵਾਸ ਕਰਕੇ ਮੈਨੂੰ ਇਹ ਟਿਕਟ ਦਿੱਤੀ ਹੈ ਕਿ 50 ਨੰਬਰ ਵਾਰਡ ਦੇ ਵਿੱਚੋਂ ਮੈਂ ਵੱਧ ਤੋਂ ਵੱਧ ਵੋਟਾਂ ਲੈ ਕੇ ਪਾਰਟੀ ਦੀ ਜਿਹੜਾ ਕਦ ਹੋਰ ਆਪਣੇ ਐਮਐਲਏ ਸਾਹਿਬ ਅਮਿਤ ਵੀਰ ਜੀ ਦਾ ਕਦ ਜਿਹੜਾ ਉੱਚਾ ਕਰ ਸਕਾ ਪਠਾਨਕੋਟ ਦੇ ਵਿੱਚ ਸਰ ਬੀਜੇਪੀ ਕਹ ਰਹੀ ਹੈ ਕਿ ਜਦੋਂ ਦੇ ਕਾਂਗਰਸ ਸਰਕਾਰ ਆਈ ਵਿਕਾਸ ਨਹੀਂ ਹੋਇਆ ਤੁਹਾਡੇ ਮੀਡੀਆ ਦੇ ਮਾਧਿਅਮ ਮੈਂ ਸਾਰਾ ਤੁਹਾਨੂੰ ਦੱਸ ਪੁੱਛਣਾ ਚਾਹਨਾ ਤੁਸੀਂ ਵੀ ਵਾਰਡ ਵਾਈਜ਼ ਵਾਰਡ ਵਾਈਜ਼ ਘੁਮੇ ਹੋ ਪਠਾਨਕੋਟ ਦੇ ਵਿੱਚ ਦੇਖਿਆ ਕਿਹੜੇ ਵਾਰਡ ਦੇ ਵਿੱਚ ਕਿਸ ਵਾਰਡ ਦੇ ਵਿੱਚ ਕੰਮ ਨਹੀਂ ਲੱਗਾ ਆ ਕੰਮ ਦੀ ਇਨੀ ਘੇਰ ਨਹੀਂ ਬੰਦ ਦਿੱਤੀ ਆ ਅਮਿਤ ਵਿਜ ਸਾਹਿਬ ਨੇ ਕਿ ਹਰ ਥਾਂ ਤੇ ਕਿ ਇੱਕੋ ਹੀ ਆਵਾਜ਼ ਆ ਰਹੀ ਹੈ ਜੋ ਕੰਮ ਅਮਿਤ ਵਿਜ ਕਰ ਗਏ ਆ ਪਠਾਨਕੋਟ ਲਈ ਉਹ ਹਜੇ ਤੱਕ 10 ਸਾਲਾਂ ਤੋਂ 20 ਸਾਲਾਂ ਤੋਂ ਕਿਸੇ ਵੀ ਭਾਜਪਾ ਦੇ ਵਿਧਾਇਕ ਨੇ ਕੰਮ ਨਹੀਂ ਕੀਤਾ ਹੈਗਾ ਆਵਾੜਾ ਅਵਰੋਨਗਰੀ ਤੁਸੀਂ ਦੇਖ ਲੋ ਆਨੰਦਪੁਰ ਕੁੱਲੀਆਂ ਮੇਰਾ ਵਾਰਡ ਨੰਬਰ 50 ਪੈਂਦਾ ਪੰਜਾਬ ਮਹਿਲ ਏਰੀਆ ਦੇਖ ਲੋ ਕੋਈ ਵੀ ਗਲੀ ਦੇਖ ਲੋ ਜਾਂ ਸੜਕਾਂ ਦੇਖ ਲੋ ਸਫਾਈ ਸਟਰੀਟ ਲਾਈਟਸ ਹੈ ਗਲੀਆਂ ਬਣੀ ਦੀਆਂ ਪਾਣੀ ਸੀਵਰੇਜ ਵਾਟਰ ਸਪਲਾਈ ਸਾਰੇ ਕੰਮ ਦੜਾ ਦੜ ਚਲੇਦੇ ਆ ਔਰ ਬਿਲਕੁਲ ਸਹੀ ਚਲੇਦਾ ਕੋਈ ਨੂ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਆ ਪਾਣੀ ਲਾਈਟਾਂ ਰਾਤ ਨੂੰ ਸਾਰੇ ਜਗਮਗ ਜਗਮਾ ਹੋ ਰਿਹਾ ਇਸ ਤੋਂ ਇਲਾਵਾ ਹੋਰ ਕੀ ਕੰਮ ਨਹੀਂ ਕੀਤੇ ਬਾਕੀ ਜੀ ਚਾਰ ਗਾਲੇ ਕਰਦੇ ਆ ਕਿ 4 ਸਾਲ ਤੋਂ ਕਾਰਪੇਸ਼ਨ ਨੂੰ ਹਲੇ ਤੇ ਸਾਲ ਹੋਇਆ ਪਾਗੋ ਇਹਦੇ ਜੇ 3 ਸਾਲ 4 ਸਾਲ ਤਿੰਨ ਦੇ ਮੇਰ ਸਾਹਿਬ ਬੈਠੇ ਸੀ ਅਨਿਲ ਬਾਸੂਦੇਵ ਜੀ ਉਹਨਾਂ ਨੇ ਕੀ ਕੰਮ ਕੀਤੇ ਆਪਣੇ ਪਹਿਲੇ ਗਿਰਵਾਨ ਵੱਲ ਦੇਖ ਕੇ ਝਾਂਕ ਕੇ ਦੇਖਣਾ ਕਿ ਅਸੀਂ ਕੀ ਕੀਤਾ ਅਸੀਂ ਪਠਾਨਕੋੜ ਲਈ ਕੀ ਕੀਤਾ ਕਿੱਥੇ ਸੀ ਉਸ ਟਾਈਮ ਮੇਰ ਸਾਹਿਬ ਕਿੱਥੇ ਸੀ ਸਾਡੇ ਆਮ ਪੂਰਵ ਭਦਾਇਕ ਸਾਡੇ ਪ੍ਰਦੇਸ਼ ਪ੍ਰਧਾਨ ਅਸ਼wini ਸ਼ਰਮਾ ਜੀ ਉਸ ਵੇਲੇ ਕਿੱਥੇ ਸੀ ਕਿਹੜੇ ਕੰਮ ਕੀਤੇ ਉਹਨਾਂ ਨੇ ਤੁਹਾਨੂੰ ਦੱਸਣਾ ਇੱਕ ਚਿੱਠਾ ਕੜ ਕੇ ਦੱਸਣ ਤੁਹਾਨੂੰ ਦੱਸਣ ਕਿ ਅਸੀਂ ਇਹ ਕੰਮ ਕੀਤੇ ਅਮਿਤ ਸਾਹਿਬ ਸਾਡੇ ਐਮ ਐਲ ਏ ਅਮਿਤ ਵੀ ਜੀ ਉਹਨਾਂ ਦੀ ਇੱਕ ਇੱਕ ਵਾਰਡ ਦੇ ਵਿੱਚ ਦੇਖ ਲਓ ਇੱਕ ਇੱਕ ਸ਼ਹਿਰ ਦੀ ਕਿਸੇ ਨੁੱਕਰ ਚ ਦੇਖ ਲਓ ਜਿੱਥੇ ਉਹਨਾਂ ਨੇ ਵਿਕਾਸ ਨਹੀਂ ਕਰਾਇਆ ਔਰ ਵਿਕਾਸ ਦੀ ਨਿਹਰ ਨਹੀਂ ਲਿਆਤੀ ਹੈ ਇਹ ਉਹਦੀ ਨਿਹਰ ਨਹੀਂ ਦੇਖ ਕੇ ਕਵਰਾਈ ਜਾ ਰਿਹਾ ਹਾਏ ਕਿਦਾਂ ਹੋ ਰਿਹਾ ਕਿਦਾਂ ਕੰਮ ਹੋ ਰਿਹਾ ਇਹਨਾਂ ਨੂੰ ਪੁੱਛਿਆ ਇਹ ਆ ਕਿ ਇੱਕ ਦੋਸ਼ ਲਾਈ ਜਾਣ ਕਹਤੇ ਝੂਠਾ ਕਹੀ ਜਾਣ ਜੀ ਵਿਕਾਸ ਨਹੀਂ ਹੋਇਆ ਮੈਂ ਇਹਨਾਂ ਨੂੰ ਪੁੱਛਣਾ ਤੁਸੀਂ ਦੱਸੋ ਸਾਹਮਣੇ ਬਹਿ ਕੇ ਸਾਡੇ ਨਾਲ ਡਿਬੇਟ ਕਰ ਲੋ ਆਓ ਸਾਹਮਣੇ ਆਓ ਸਾਡੇ ਨਾਲ ਬੈਠ ਕੇ ਦੱਸੋ ਕਿ ਕਿਹੜਾ ਕੰਮ ਨਹੀਂ ਹੋਇਆ ਕਿਸ ਇਲਾਕੇ 'ਚ ਕੰਮ ਨਹੀਂ ਹੋਇਆ ਕਿਸ ਵਾਰਡ 'ਚ ਕੰਮ ਨਹੀਂ ਹੋਇਆ ਸਾਡੇ ਨਾਲ ਬੈਠਣ ਦੇ ਸਹੀ ਘਰ ਬਹਿ ਕੇ ਥੋੜਾ ਕਹੀ ਜਾਣਾ ਜੀ ਝੂਠਾ ਜੀ ਅਸੀਂ ਜੀ ਵਿਕਾਸ ਨਹੀਂ ਹੋਇਆ ਸ਼ਹਿਰ ਦੇ ਵਿੱਚ ਵਿਕਾਸ ਨਹੀਂ ਹੋਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਜੀ ਪਠਾਨਕੋਟ ਦੇ ਵਿੱਚ ਦੇਖੋ ਜੀ ਪੈਲਸਾਂ ਦਾ ਇੰਨਾ ਕੁ ਜ਼ਿਆਦਾ ਰੇਟ ਹੋ ਗਿਆ ਕਿ ਗਰੀਬ ਬੰਦਾ ਇੱਕ ਆਪਣੀ ਬੇਟੀ ਦੀ ਸ਼ਾਦੀ ਪੈਲਸ ਦੇ ਵਿੱਚ ਨਹੀਂ ਕਰ ਸਕਦਾ ਔਰ ਐਮਐਲਏ ਸਾਹਿਬ ਅਮਿਤ ਵਿਜ ਨੇ ਇੱਕ ਉਪਰਾਲਾ ਦਿੱਤਾ ਇਸ਼ਾਰ ਦੇ ਵਿੱਚ ਸਾਰੇ ਵਾਰਡਾਂ ਦੇ ਵਿੱਚ ਕਿ ਹਰ ਵਾਰਡ ਦੇ ਵਿੱਚ ਜਾਂਜਕਾਰ ਬਣ ਰਹੇ ਆ ਔਰ ਉਹ ਉਪਰਾਲਾ ਇਹਨਾਂ ਨੂੰ ਦੇਖ ਦੇਖ ਕੇ ਜਿਹੜੇ ਬੀਜੇਪੀ ਦੇ ਵਿਧਾਇਕ ਆ ਜਿਹੜੇ 10 ਸਾਲਾਂ ਤੋਂ ਇਹਨਾਂ ਨੂੰ ਨਹੀਂ ਲੱਵੇ ਕਦਾ ਕਿ ਵਾਰਡਾਂ ਦੇ ਵਿੱਚ ਜਾਂਜਕਾਰ ਬਣੇ ਜਾਣ ਕਿ ਗਰੀਬ ਲੜ ਜਿਹੜੇ ਪਰਵਾਰ ਆਉਂਦੀਆਂ ਬੇਟੀਆਂ ਉਸ ਜੰਜ ਘਰ ਦੇ ਵਿੱਚ ਜਿੰਦੀਆਂ ਸ਼ਾਦੀਆਂ ਹੋ ਸਕਣ ਵਿਚਾਰਿਆਂ ਦੇ ਖਰਚੇ ਵੱਧ ਸਕਣ ਉਸ ਉਪਰਾਲੇ ਨੂੰ ਦੇਖ ਕੇ ਹੀ ਇਹ ਸਾਰੇ ਘਰਾਏ ਹੋਇਆ ਕਿ ਬਣ ਕਿਦਾਂ ਗਿਆ ਕਿਉਂਕਿ ਇਹਨਾਂ ਦੇ ਦਿਮਾਗ 'ਚ ਕਦੀ ਆਇਆ ਨਹੀਂ ਕਿ ਵਾਰਡ ਨਿਗਮ ਦੀ ਆ ਹਰ ਵਾਰਡ ਦੇ ਵਿੱਚ ਜਗ੍ਹਾ ਹੈਗੀਆਂ ਉਸ ਜਗ੍ਹਾ ਦੇ ਵਿੱਚ ਇੱਕ ਗਰੀਬਾਂ ਵਾਸਤੇ ਕੁਝ ਸੋਚਿਆ ਜਾਏ ਇੱਕ ਕਾਂਗਰਸ ਪਾਰਟੀ ਹੈ ਸਾਡੀ ਕੈਪਟਨ ਸਰਕਾਰ ਇਹੋ ਜੀ ਔਰ ਇੱਕ ਸਾਡੇ ਅਮਿਤ ਵੀਰ ਜੀ ਐਮ ਐਲ اے ਜਿਨ੍ਹਾਂ ਨੇ ਇਹ ਗੱਲ ਨੂੰ ਸੋਚਿਆ ਕਿ ਨਹੀਂ ਪਠਾਨਕੋਟ ਦੇ ਵਿੱਚ ਹਰ ਵਾਰਡ ਦੇ ਵਿੱਚ ਮੈਂ ਇੱਕ ਜੰਜਕਾਰ ਬਣਾਵਾਂਗਾ ਜਿਹਦੇ ਵਿੱਚ ਸਾਡੇ ਗਰੀਬ ਪਰਿਵਾਰਾਂ ਦੀ ਬੇਟੀਆਂ ਦੀ ਸ਼ਾਦੀ ਹੋ ਸਕੇ ਹੋਰ ਜਿਹੜੇ ਐਮਐਲਏ ਨੇ ਆਪਣੇ ਬੀਜੇਪੀ ਦੇ بڑے بڑے ਗੱਲਾਂ ਕਰਦੇ ਆ ਜੀ ਕੋਈ ਕੰਮ ਨਹੀਂ ਸ਼ਹਿਰ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਕੁਝ ਨਹੀਂ ਕੀਤਾ ਉਹ ਇਹ ਤੁਸੀਂ ਤੁਹਾਡੇ ਮਾਧਿਅਮ ਅਸੀਂ ਥੋੜੀ ਹੀ ਦੇਰ ਦੇ ਵਿੱਚ ਸਾਰਾ ਸ਼ੀਸ਼ਾ ਦਾ ਸ਼ੀਸ਼ਾ ਹੋ ਜਾਏਗਾ ਪਤਾ ਲੱਗ ਜਾਏਗਾ ਕਿੰਨੇ ਕੁ ਕੰਮ ਇਹਨਾਂ ਨੇ ਕੀਤੇ ਕਿੰਨੇ ਕੁ ਇਹਨਾਂ ਨੇ ਕੀਤੇ ਹੋਏ ਆ ਸਰ ਆਉਣ ਵਾਲੀ ਦੇਖੋ ਜੀ ਵਾਰਡ ਦੇ ਵਿੱਚ ਜਿੰਨਾ ਵੀ ਮੈਂ ਜਿੱਤ ਜਨਾ ਜਿੱਤਣ ਤੋਂ ਬਾਅਦ ਮੈਂ ਵਾਰਡ ਦੀ ਜਿਹੜੀ ਆਪਣੇ ਮੇਰੀ ਵਾਰਡ ਦੀ ਜਿਹੜੀ ਪਬਲਿਕ ਹੈ ਜਿਸ ਤਰ੍ਹਾਂ ਵੀ ਉਹ ਮੈਨੂੰ ਉਪਰਾਲੇ ਕਰਨ ਨੂੰ ਜੋ ਵੀ ਉਪਰਾਲੇ ਕਰਨ ਨੂੰ ਕਹੇਗੀ ਉਹ ਮੈਂ ਕਰਾਂਗਾ ਸਭ ਤੋਂ ਪਹਿਲੇ ਵੱਡਾ ਉਪਰਾਲਾ ਮੈਂ ਇਹ ਕਰਾਂਗਾ ਕਿ ਆਪਣੇ ਵਾਰਡ ਦੇ ਵਿੱਚ ਜਿਹੜੀ ਕਿ ਮੇਰੀ ਇੱਕ ਵਾਟਰ ਸਪਲਾਈ ਦੀ ਮੋਟਰ ਇੱਕ ਹੈਗੀ ਆ ਉਹ ਮੈਂ ਇੱਕ ਮੋਟਰ ਟਿਊਬਲ ਹੋਰ ਲਵਾਣਾ ਚ ਲਗਾਣਾ ਐਮਐਲਏ ਸਾਹਿਬ ਦੀ ਮਿਹਰबानी ਨਾਲ ਉਸ ਦਾ ਟੈਂਡਰ ਹੋ ਚੁੱਕਿਆ ਸਿਰਫ ਲੋਕਡਾਊਨ ਹੋਣ ਕਰਕੇ ਵਰਕ ਆਰਡਰ ਨਹੀਂ ਕਟਿਆ ਗਿਆ ਉਹ ਵਰਕ ਆਰਡਰ ਜਿਸ ਦਾ ਇਲੈਕਸ਼ਨ ਖਤਮ ਹੋਦਿਆ ਵਰਕ ਆਰਡਰ ਉਹਦਾ ਮਿਲ ਜੇਗਾ ਠੇਕੇਦਾਰ ਨੂੰ ਟਿਊਬਲ ਦਾ ਕੰਮ ਲੱਗ ਜਾਏਗਾ ਜਿਹੜੀ ਕਿ ਕਥੋੜੀ ਜੀ ਨੇ ਸਾਨੂੰ ਪ੍ਰੋਬਲਮ ਆਂਦੀ ਏ ਪ੍ਰੋਬਲਮ ਆਂਦੀ ਕਿ ਜਿੱਦਾਂ ਮੋਟਰ ਕਦੀ ਖਰਾਬ ਹੋ ਜਾਂਦੀ ਏ ਤੇ ਦੂਜੀ ਜਗ੍ਹਾ ਸਾਨੂੰ ਪ੍ਰੋਬਲਮ ਪੈਂਦੀ ਏ ਕਿ ਪਾਣੀ ਕਿਸ ਤਰ੍ਹਾਂ ਇਕੱਦਰ ਦਿਨ ਦੀ ਪ੍ਰੋਬਲਮ ਪੈਂਦੀ ਏ ਜੀ ਸਾਡੇ ਵਾਰਡ ਦੇ ਵਿੱਚ ਦੋ ਮੋਟਰਾਂ ਹੋਣਗੀਆਂ ਤੇ ਸਾਨੂੰ ਉਹ ਪ੍ਰੋਬਲਮ ਬਿਲਕੁਲ ਖਤਮ ਹੋ ਜਾਏਗੀ ਉਹ ਉਪਰਾਲਾ ਸਭ ਤੋਂ ਪਹਿਲੇ ਇੱਕ ਉਪਰਾਲਾ ਮੈਂ ਉਹ ਕਰਾਂਗਾ ਮੋਟਰ ਦਾ ਕਰਾਂਗਾ ਦੂਸਰਾ ਜਿਹੜਾ ਵੀ ਏਰੀਆ ਸਾਡਾ ਕੋਈ ਗਲੀਆਂ ਰਹੀਆਂ ਉਸ ਗਲੀਆਂ ਦਾ ਸਭ ਤੋਂ ਪਹਿਲੇ ਮੈਂ ਕੰਮ ਕਰਵਾਵਾਂਗਾ ਮੋਸਟਲੀ ਮੇਰੀਆਂ ਸਾਰੀਆਂ ਹੀ ਗਲੀਆਂ ਹੋ ਚੁੱਕੇ ਆਂ ਕੁਝ ਗਲੀਆਂ ਰਹਿndੀਆਂ ਹੈਗੀਆਂ ਉਹ ਕਾਮ ਉਹਦੇ ਟੈਂਡਰ ਹੋ ਚੁੱਕੇ ਦੇ ਆ ਵਰਕ ਆਰਡਰ ਮਿਲਣ ਵਾਲੇ ਆ ਜਿਦ ਤੱਕ ਕੰਮ ਇਲੈਕਸ਼ਨ ਖਤਮ ਹੁੰਦੇ ਸਭ ਤੋਂ ਪਹਿਲੇ ਉਹ ਗਲੀਆਂ ਦੇ ਕੰਮ ਕਰਾਵਾਂਗੇ ਵਾਰਡ ਦੇ ਵਿੱਚ ਬਾਕੀ ਜਿੰਨੀ ਵੀ ਸਾਡੇ ਕੋਈ ਗੰਦਗੀ ਜਾਂ ਸੀਵਰੇਜ ਦੀ ਸਮੱਸਿਆ ਉਹ ਹੱਲ ਕਰਾਂਗੇ ਹਾਂਜੀ ਸੜਕਾਂ ਸਾਡੀਆਂ ਬਣ ਰਹੀਆਂ ਪੰਜਾਬ ਮਹਿਲ ਵਾਲੀ ਸੜਕ ਵੀ ਸਾਡਾ ਏਰੀਆ ਕੁਝ ਨਿਊ ਡਿਵੈਲਪਮੈਂਟ ਏਰੀਆ ਹੈਗਾ ਦੇਸ਼ ਤੇ ਦੁਨੀਆ ਦੀ तमाम ਖਬਰਾਂ ਸੇ ਜੁੜ ਰਹਿਣੇ ਕੇ ਲਈ ਹਮਾਰਾ ਚੈਨਲ ਲਾਈਕ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਪਰ ਕਲਿੱਕ ਕਰਨਾ ਨਾ ਭੁੱਲੇ